ਇਹ ਤਸਵੀਰਾਂ 'ਚ ਤੁਹਾਡੇ ਸਾਹਮਣੇ ਪੁਲਿਸ ਗ੍ਰਫਤ 'ਚ ਖੜ੍ਹੇ ਉਹ ਨੌਜਵਾਨ ਨੇ ਜੋ ਆਪਣੇ ਹੀ ਦੋਸਤ ਦੀ ਐਕਟਿਵਾ 'ਤੇ ਨਕਦੀ ਲੈ ਕੇ ਫਰਾਰ ਹੋ ਗਏ ਸੀ। ਦਰਅਸਲ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਏ ਬਲਾਕ ਮਾਰਕੀਟ ਨਜ਼ਦੀਕ ਰੇਖਾ ਨਾਂ ਦੀ ਲੜਕੀ ਆਪਣੇ ਦੋ ਦੋਸਤਾਂ ਦੇ ਨਾਲ ਬੇਲਪੁਰੀ ਖਾ ਰਹੀ ਸੀ, ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜੋ ਰੇਖਾ ਦੀ ਸਕੂਟੀ ਅਤੇ ਕਰੀਬ 1 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਦੋ ਅਣਜਾਣ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਅਤੇ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ। ਇਹ ਮਾਮਲਾ ਇਹ ਸੀਗਾ 28 ਫਰਵਰੀ ਨੂੰ ਨਾ, ਇਹ ਲੜਕੀ ਸੀਗੀ ਰਾਖੀ ਮਹਿਰਾ, ਇਹ ਲਾਰੈਂਸ ਰੋਡ 'ਤੇ ਸਪਾ ਸੈਂਟਰ ਆ ਉੱਥੇ ਕੰਮ ਕਰਦੀ ਆ, ਅਤੇ ਕੰਮ ਕਰਨ ਤੋਂ ਬਾਅਦ ਵਾਪਸ ਰਣਜੀਤ ਐਵਨੂ ਪੀ ਜੀ 'ਚ ਰਹਿੰਦੀ, ਉੱਧਰ ਨੂੰ ਜਾ ਰਹੀ ਸੀ। ਰਸਤੇ ਵਿੱਚ ਜਿਹੜੇ ਦੋ ਦੋਸਤ ਮੁੰਡੇ ਜਿਹੜੇ ਪਹਿਲਾਂ ਜਿਨ੍ਹਾਂ ਨੂੰ ਇਹ ਜਾਣਦੀ ਆ, ਉਹ ਮਿਲ ਗਏ ਅਤੇ ਉਹਦੇ ਨਾਲ ਇਹ ਘੁੰਮਣ ਫਿਰਨ ਲੱਗ ਗਈ। ਉਹਨਾਂ ਦੇ ਨਾਲ ਕੁਛ ਖਾਣ ਪੀਣ ਵਾਸਤੇ ਰੁਕ ਗਈ। ਉਹਨਾਂ ਨੂੰ ਇਹਨੇ ਦੱਸਿਆ ਕਿ ਮੇਰੇ ਕੋਲ 1 ਲੱਖ ਰੁਪਈਆ ਹੈਗਾ ਐਕਟਿਵਾ ਦੇ ਵਿੱਚ, ਐਕਟਿਵਾ ਦੇ ਕੋਲ ਸੀ। ਇਸ ਦੌਰਾਨ ਉਹ ਜਿਹੜੇ ਇਹਦੇ ਨਾਲ ਦੋਸਤ ਮੁੰਡੇ ਸੀਗੇ ਉਹ ਆਪਣੇ ਹੋਰ ਯਾਰਾਂ ਦੋਸਤਾਂ ਨਾਲ ਵੀ ਗੱਲਬਾਤ ਕਰਦੇ ਰਹੇ, ਅਤੇ ਮੀਨ ਟਾਈਮ ਦੋ ਮੁੰਡੇ ਆਏ ਪੈਸ਼ਨ ਮੋਟਰਸਾਈਕਲ 'ਤੇ, ਉਹਨਾਂ ਆਣ ਕੇ ਇਹਦੇ ਕੋਲੋਂ ਸਨੈਚਿੰਗ ਕਰ ਲਈ। ਨਹੀਂ, ਜਿਹੜੇ ਪਹਿਲੇ ਇਹਦੇ ਦੋਸਤ ਸੀ ਉਹਨਾਂ ਕੋਲ ਬੁਲਟ ਸੀਗਾ, ਜਿਹੜੇ ਬਾਅਦ ਵਿੱਚ ਆਏ ਉਹਨਾਂ ਕੋਲ ਪੈਸ਼ਨ ਸੀਗਾ, ਉਹਨਾਂ ਆਣ ਕੇ ਇਹਦੇ ਕੋਲੋਂ ਜਿਹੜੀ ਐਕਟਿਵਾ ਸਕੂਟਰ ਦੇ ਵਿੱਚ ਉਹਦੇ ਪੈਸੇ ਜਿਹੜੇ 1 ਲੱਖ ਰੁਪਈਆ ਜੋ ਦੱਸਦੀ ਉਹ ਸਨੈਚ ਕਰਕੇ ਲੈ ਗਏ। ਫਿਰ ਉਹ ਤੋਂ ਬਾਅਦ ਸਾਡੇ SHO ਰਣਜੀਤ ਐਵਨਿਊ ਨੇ ਇਨਵੈਸਟੀਗੇਸ਼ਨ ਸਟਾਰਟ ਕੀਤੀ, ਪਰਚਾ ਦਰਜ ਕੀਤਾ। ਉਹਦੇ ਦੌਰਾਨ ਇਹ ਗੱਲ ਪਾਈ ਗਈ ਕਿ ਜਿਹੜੇ ਇਹਦੇ ਪਹਿਲੇ ਦੋਸਤ ਇਹਨੂੰ ਮਿਲੇ ਸੀਗੇ ਉਹਨਾਂ ਨੇ ਹੀ, ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਇਹਨੇ ਦੱਸ ਦਿੱਤਾ ਕਿ ਮੇਰੇ ਕੋਲ ਪੈਸੇ ਹੈਗੇ ਆ, ਅਤੇ ਉਹਨਾਂ ਨੇ ਆਪਣੇ ਯਾਰਾਂ ਦੋਸਤਾਂ ਨੂੰ ਦੱਸਿਆ ਕਿ ਇਹਦੇ ਕੋਲ ਪੈਸੇ ਆ, ਉਹ ਫਿਰ ਉਹਨਾਂ ਨੇ ਉਹਨਾਂ ਨੂੰ ਪਲੈਨ ਆਊਟ ਕਰਕੇ ਉਹਨਾਂ ਕੋਲ ਸਨੈਚ ਕਰਾਇਆ, ਅਤੇ ਹੁਣ ਉਹ ਦੋਸ਼ੀ ਜਿਹੜੇ ਚਾਰੇ ਗ੍ਰਿਫਤਾਰ ਹੋ ਗਏ ਆ। ਗ੍ਰਿਫਤਾਰ ਹੋਣ ਤੋਂ ਬਾਅਦ ਜਿਹੜਾ ਮਨੀ ਸੀਗਾ 84,000 ਉਹ ਵੀ ਰਿਕਵਰ ਹੋ ਗਿਆ, ਐਕਟਿਵਾ ਸਕੂਟੀ ਵੀ ਰਿਕਵਰ ਹੋ ਗਈ ਆ, ਔਰ ਪੁਲਿਸ ਰਿਮਾਂਡ ਉਹਨਾਂ ਦਾ 3 ਦਿਨ ਹਾਸਲ ਕੀਤਾ ਅਤੇ ਉਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪੁਲਿਸ ਨੇ ਦੋਵੇਂ ਆਰੋਪੀਆਂ ਸੁਖਵਿੰਦਰ ਸਿੰਘ ਅਤੇ ਸਿਧਾਰਥ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਰੇਖਾ ਦੇ ਦੋਨੋਂ ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਸ ਵਾਰਦਾਤ 'ਚ ਸ਼ਾਮਿਲ ਸੀ। ਪੁਲਿਸ ਨੇ ਇਹਨਾਂ ਤੋਂ ਚੋਰੀ ਕੀਤੀ ਗਈ ਐਕਟਿਵਾ ਅਤੇ 82,000 ਨਕਦੀ ਅਤੇ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਖੈਰ, ਇਸ ਸਭ ਤੋਂ ਬਾਅਦ ਇਹ ਤਾਂ ਸਾਫ਼ ਹੁੰਦਾ ਹੈ ਕਿ ਜੋ ਕਿ ਸਮੇਂ 'ਚ ਕਿਸੇ ਵੀ ਦੋਸਤ 'ਤੇ ਵੀ ਭਰੋਸਾ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ, ਸੋ ਲੋੜ ਹੈ ਸਾਵਧਾਨ ਹੋਣ ਦੀ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ, ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92,563 92,563 'ਤੇ।